ਤੁਸੀਂ ਮੈਨੂੰ ਦੱਸੋ ਕਿ ਪੁਰਾਣੀਆਂ ਸਰਕਾਰਾਂ ਦੇ ਵਿੱਚ ਕਿਹੜੀ ਸਰਕਾਰ ਸੀ ਕਿਹੜੀ ਕਾਂਗਰਸ ਦੀ ਸਰਕਾਰ ਸੀ ਜਾਂ ਕਾੜੀਦਰ ਬੀਜੇਪੀ ਦੀ ਸਰਕਾਰ ਸੀ ਜਿਹਨੇ ਆਪਣੇ ਵਾਅਦਿਆਂ ਤੇ ਖਰੀ ਉਤਰੀ ਹੋਵੇ। ਜਿਹਨਾਂ ਦਾ ਉੱਥੇ ਸਟੇਜ ਦੇ ਉੱਪਰ ਕਹਿੰਦੀਆਂ ਹੋਈ ਨਜ਼ਰ ਆ ਰਹੀਆਂ ਸੀ ਕਿ ਇੱਕ ਵਾਰ ਮੌਕਾ ਦੇ ਦਿਓ ਫਿਰ ਸਰਕਾਰ ਨੂੰ ਢਾਅ ਸੀ ਆਪੇ ਹੀ ਲਵਾਂਗੇ। ਜੀਸ਼ਾਦ ਕਹੇ ਕਾਂਗਰਸ ਪਾਰਟੀ ਨੂੰ ਕਾੜੀਦਰ ਬੀਜੇਪੀ ਨੂੰ ਕਿ ਝੂਠ ਬੋਲਣਾ ਬੰਦ ਕਰੋ ਜਿਹੜੀ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੈ ਉਹਨਾਂ ਦਾ ਸਾਥ ਦਿਓ। ਕੋਈ ਡਰ ਸੀਗਾ ਕਿ ਇਹ ਜਿਸ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਭਗਵੰਤ ਸਿੰਘ ਮਾਨ ਨੇ ਵੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਅਰਵਿੰਦ ਕੈਜੀ ਵਾਲੇ ਬੈਠੇ ਸੀ ਉਹ ਕਹਿੰਦੇ ਕਿ ਮੇਰੇ ਤੇ ਨਿੱਜੀ ਦੋਸ਼ ਲਾਏ ਗਏ ਮੇਰੀ ਲਾਈਫ ਦੇ ਉੱਪਰ ਦੋਸ਼ ਲਾਏ ਗਏ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦਾ ਵੀ ਭਲਾ ਹੋਵੇ ਜੀ ਸਲਾਹ ਹੈ ਇਹਨਾਂ ਨੂੰ ਹੁਣ ਵੀ ਝੂਠ ਬੋਲਣਾ ਬੰਦ ਕਰ ਲਓ ਲੋਕਾਂ ਨੇ ਫਿਰ ਤਨੂੰ ਠੋਕਣਾਗਾ 1000 ਰੁਪਏ ਵਾਲੀ ਗਰੰਟੀਆਂ ਲੋਕਾਂ ਨੂੰ ਸੁਨੰਦ ਦੇ ਨਜ਼ਰ ਆ ਰਹੇ ਸੀ ਤੇ ਇਹ ਵੀ ਪੁੱਛ ਰਹੇ ਸੀਗੇ ਕਿ ਕਿਹੜੀ ਕਿਹੜੀ ਮਹਿਲਾ ਦੇ ਅਕਾਊਂਟ ਦੇ ਵਿੱਚ 14000 ਰੁਪਏ ਆ ਗਿਆ ਕਿ 1000 ਰੁਪਏ ਵੱਡਾ ਵਾਅਦਾ ਸੀਗਾ ਤੁਹਾਡਾ ਤੇ ਹੁਣ ਕੀ ਲੱਗਦਾ ਕਿ ਇਹ ਵਾਅਦਾ ਕਦੋਂ ਤੱਕ ਪੂਰਾ ਹੋ ਜਾਊਗਾ ਜੇ ਕਿਸੇ ਸਾਬਕਾ ਮੰਤਰੀ ਦੇ ਘਰੋਂ ਪੈਸੇ ਗੈਨ ਵਾਲੀਆਂ ਮਸ਼ੀਨਾਂ ਮਿਲ ਜਾਣ ਉਹਦੀ ਆਮਦਨ 5000 ਗੁਣਾ ਵੱਧ ਜੇ ਤੇ ਭ੍ਰਿਸ਼ਟਾਚਾਰ ਨਹੀਂ ਤਾਂ ਹੋਰ ਕੀ ਆ ਇਹ ਜਿਹੜੇ ਨੇ ਦਿੱਤਾ ਸੀ ਜਿਹੜੇ ਝੂਠ ਬੋਲਦੇ ਸੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਦੇ ਕੁਝ ਕਹਿੰਦੇ ਅੱਜ ਇੱਕ ਵੀਡੀਓ ਆ ਜੀ ਅਸੀਂ ਦੋ ਵੀਡੀਓ ਆ ਜੀ ਇਹ ਸਾਰਾ ਕੁਝ ਸਾਫ਼ ਕਰਤਾ ਲੋਕਾਂ ਨੇ ਦਸਮਨ نیوز ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤਪੇਨ ਮਲੋਤਰਾ ਜਲੰਧਰ ਜਿਮਨੀ ਚੋਨ ਆਮ ਆਦੀ ਪਾਰਟੀ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ ਕਿ ਆਸ ਲਾਏ ਜਾ ਰਹੇ ਸੀ ਜੇ ਹਾਰ ਮਿਲਦੀ ਹੈ ਤਾਂ ਅਗਲੀ ਕਾਰਪੋਰੇਸ਼ਨ ਇਲੈਕਸ਼ਨ ਤੇ ਲੋਕ ਸਭਾ 2024 ਦੇ ਵਿੱਚ ਵੱਡੀਆਂ ਚੁਣੌਤੀਆਂ ਆਮ ਆਦੀ ਪਾਰਟੀ ਨੂੰ ਵੇਖਣੀਆਂ ਪੈ ਸਕਦੀਆਂ ਨੇ ਇਸੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਇਸ ਵਕਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਨੇ ਚੀਮਾ ਸਾਹਿਬ ਤੁਹਾਨੂੰ ਉੱਥੇ ਇੰਚਾਰਜ ਲਾਇਆ ਗਿਆ ਸੀਗਾ ਵੱਡੀ ਚੁਣੌਤੀ ਸੀ ਤਾਂ ਇਹ ਵੀ ਲੱਗਦਾ ਆਮ ਆਦੀ ਪਾਰਟੀ ਨੂੰ ਲੱਗ ਰਿਹਾ ਸੀ ਜੇ ਕਿਤੇ ਹਾਰ ਮਿਲ ਗਈ ਤਾਂ ਵਿਰੋਧੀਆਂ ਨੇ ਢਾਹਨ ਦੇ ਵਿੱਚ ਅਗਲੇ ਇਲੈਕਸ਼ਨ ਦੇ ਵਿੱਚ ਕੋਈ ਅਸਰ ਨਹੀਂ ਛੱਡਣੀ ਕੋਈ ਡਰ ਸੀਗਾ ਮੰਨ ਦੇ ਪੂਰੀ ਕੌਨਫੀਡੈਂਸੀ ਹੈ ਦੇਖੋ ਕੋਈ ਡਰ ਨਹੀਂ ਸੀਗਾ ਪੂਰਾ ਕੌਨਫੀਡੈਂਸੀ ਸੀਗਾ ਜਿੱਡੀਆਂ ਵੱਡੀਆਂ ਚੁਣੌਤੀਆਂ ਮਿਲਦੀਆਂ ਨੇ ਮੈਂ ਸਮਝਦਾ ਓਡੇ ਹੀ ਵੱਡੇ ਹੌਸਲੇ ਦੇ ਨਾਲ ਓਡੀ ਵੱਡੀ ਤਾਕਤ ਦੇ ਨਾਲ ਤੁਹਾਨੂੰ ਕੰਮ ਕਰਨਾ ਚਾਹੀਦਾ ਤਾਂ ਮੈਂ ਸਮਝਦਾ ਕੋਈ ਵੀ ਵੱਡੀ ਜਿਹੜਾ ਗੋਲਾ ਉਹ ਅਚੀਵ ਕੀਤਾ ਜਾ ਸਕਦਾ ਪ੍ਰਾਪਤ ਕੀਤਾ ਜਾ ਸਕਦਾ ਪਰ ਲੇਕਿਨ ਉਹਦੇ ਲਈ ਤੁਹਾਡੀ ਕਮਿਟਮੈਂਟ ਉਹਦੇ ਲਈ ਤੁਹਾਡਾ ਹਾਰਡ ਵਰਕ ਸਖਤ ਮਿਹਨਤ ਤੁਹਾਡੀ ਇਮਾਨਦਾਰੀ ਤੁਹਾਡੇ ਦ੍ਰਿੜ ਇਰਾਦੇ ਜਿਹੜੇ ਨੇ ਉਹ ਕੰਮ ਆਉਦੇ ਨੇਗੇ ਬ੍ਰੋਗਰੀ ਦਾ ਨਾਤਾ ਉੱਥੇ ਸਟੇਜ ਦੇ ਉੱਪਰ ਕਹਿੰਦੀਆਂ ਹੋਈ ਨਜ਼ਰ ਆ ਰਹੀਆਂ ਸੀ ਕਿ ਇੱਕ ਵਾਰ ਮੌਕਾ ਦੇ ਦਿਓ ਫਿਰ ਸਰਕਾਰ ਨੂੰ ਢਾ ਅਸੀਂ ਆਪੇ ਹੀ ਲਵਾਵਾਂਗੇ ਅ ਦੇਖੋ ਜਲੰਧਰ ਦੇ ਲੋਕਾਂ ਨੇ ਬਿਲਕੁਲ ਇਮਾਨਦਾਰ ਸਰਕਾਰ ਨੂੰ ਬਿਲਕੁਲ ਉਸ ਸਰਕਾਰ ਨੂੰ ਉਸ ਪਾਰਟੀ ਨੂੰ ਜਿਹੜੀ ਇਮਾਨਦਾਰੀ ਨਾਲ ਕੰਮ ਕਰਦੀ ਆ ਜਿਹੜੇ ਜਿੰਨੇ ਵਾਦੇ ਜਿੰਨੀਆਂ ਗਰੰਟੀਆਂ ਅਸੀਂ ਦਿੱਤੀਆਂ ਸੀਗੀਆਂ ਉਹਨਾਂ ਸਾਰੇ ਵਾਅਦੇਆਂ ਗਰੰਟੀਆਂ ਤੇ ਸਰਕਾਰ ਕੰਮ ਕਰ ਰਹੀ ਆ ਤੁਸੀਂ ਮੈਨੂੰ ਦੱਸੋ ਕਿ ਪੁਰਾਣੀਆਂ ਸਰਕਾਰਾਂ ਦੇ ਵਿੱਚ ਕਿਹੜੀ ਸਰਕਾਰ ਸੀ ਕਿਹੜੀ ਕਾਂਗਰਸ ਦੀ ਸਰਕਾਰ ਸੀ ਜਾਂ ਕਾੜੀ ਦਲ ਬੀਜੇਪੀ ਦੀ ਸਰਕਾਰ ਸੀ ਜਿਨੇ ਆਪਣੇ ਵਾਅਦਿਆਂ ਤੇ ਖਰੀਦ ਤਰੀ ਹੋਵੇ ਅਸੀਂ ਵਾਅਦਾ ਕੀਤਾ ਸੀ ਸਾਡੇ ਸੁਪਰੀਮ ਹਰਵਿੰਦ ਕੇਜਰੀਬਾਲ ਜੀ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਕੈਮਰਿਆਂ ਦੇ ਸਾਹਮਣੇ ਵਾਅਦਾ ਹੋਇਆ ਸੀਗਾ ਕਿ 300 ਯੂਨਟ ਅਸੀਂ ਮੁਫਤ ਬਿਜਲੀ ਹਰੇ ਘਰ ਦੇ ਵਿੱਚ ਫਰੀ ਦੇਵਾਂਗੇ ਮੁਫਤ ਦੇਵਾਂਗੇ ਹੋਇਆ ਸੀ ਵਾਅਦਾ ਕਿ ਨਹੀਂ ਹੋਇਆ ਸੀ ਤੁਹਾਡੇ ਸਾਹਮਣੇ ਹੋਇਆ ਸੀ ਹੋਇਆ ਸੀ ਨਾ ਬਿਲਕੁਲ ਹੋਇਆ ਸੀ ਹੋਇਆ ਉਹ ਲਾਗੂ ਹੋ ਗਿਆ ਕਿ ਨਹੀਂ ਹੋ ਗਿਆ ਲੋਕਾਂ ਨੂੰ ਪਤਾਗਾ ਜਿਹੜੇ ਕੀਤੇ ਹੋਏ ਵਾਅਦੇ ਨੇ ਉਹ ਲਾਗੂ ਹੋ ਰਹੇ ਨੇ ਸਰਕਾਰ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਆ ਸਰਕਾਰ ਕਮਿਟਮੈਂਟ ਦੇ ਨਾਲ ਕੰਮ ਕਰ ਰਹੀ ਆ ਭ੍ਰਿਸ਼ਟਾਚਾਰ ਦਾ ਪੰਜਾਬ ਚੋਂ ਖਾਤਮਾ ਹੋ ਰਿਹਾ ਹੈਗਾ ਸਕੂਲ ਆਫ ਐਮੀਨੈਂਸ ਖੁੱਲਣੇ ਸਟਾਰਟ ਹੋ ਗਏ ਮਹੱਲਾ ਕਲੀਨਿਕ ਜਿਹੜੇ ਨੇ ਕਿ ਉਹ ਬਣ ਕੇ ਲੱਖਾਂ ਹੀ ਲੋਕਾਂ ਦਾ ਇਲਾਜ ਕਰ ਰਹੇ ਨੇ ਕਿ ਫਿਰ ਸਰਕਾਰ ਨੂੰ ਵੋਟ ਪਾਰਟੀ ਨੂੰ ਵੋਟ ਕਿਉਂ ਨਹੀਂ ਪਾਉਣਗੇ ਲੋਕ ਕਿਉਂ ਨਹੀਂ ਪਾਉਣਗੇ ਵੋਟ ਇਹ ਤਾਂ ਵਿਰੋਧੀਆਂ ਦਾ ਇੱਕ ਪ੍ਰਚਾਰ ਸੀ ਇੱਕ ਸ਼ਰਜੰਸਰ ਦੀ ਝੂਠ ਦਾ ਪਲੰਦਾ ਸੀਗਾ ਕਦੇ ਕਹਿੰਦੇ ਸੀ ਅਮਨ ਕਾਨੂੰਨ ਦੀ ਸੱਚੀ ਸਥਿਤੀ ਮਾੜੀ ਆ ਜੀ ਕਦੇ ਕਹਿੰਦੇ ਸੀਗੇ ਜੀ ਬਿਜਲੀ ਨਹੀਂ ਮਿਲਦੀ ਪਰ ਝੂਠ ਜਿਹੜਾ ਹੈਗਾ ਸੀ ਵਿਰੋਧੀਆਂ ਪਾਰਟੀ ਦਾ ਝੂਠ ਨੂੰ ਬੁਰੀ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਨਕਾਰਿਆਗਾ ਸ਼ੀਸ਼ਾ ਦਿਖਾਇਆਗਾ ਸ਼ੀਸ਼ਾ ਦਿਖਾਇਆ ਕਾਂਗਰਸ ਪਾਰਟੀ ਨੂੰ ਕਾਹਦੇਦਰ ਭਾਜਪੀ ਨੂੰ ਕਿ ਝੂਠ ਬੋਲਣਾ ਬੰਦ ਕਰੋ ਜਿਹੜੀ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੈ ਉਹਦਾ ਸਾਥ ਦਿਓ ਜਿਵੇਂ ਕਿ ਉੱਥੇ ਸਾਰੀ ਲੀਡਰਸ਼ਿਪ ਬੈਠੀ ਵਿਰੋਧੀ ਧਿਰਾਂ ਦੀ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋ ਜਨ ਰਾਜਾ ਵੜਿੰਗ ਹੋ ਜਨ ਸੁਖਬੀਰ ਬਾਦਲ ਵਿਕਰਮ ਸਿੰਘ ਮਜੀਠੀਆ ਅਸ਼wini ਸ਼ਰਮਾ ਕੇਂਦਰੀ ਲੀਡਰ ਸਾਰੇ ਬੈਠੇ ਹੋਏ ਸੀਗੇ ਤੇ ਤੁਸੀਂ ਕਹਿੰਦੇ ਸੀਗੇ ਆਮ ਆਦਮੀ ਪਾਰਟੀ ਕਰੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ 네ਗੈਟਿਵਿਟੀ ਦੀ ਕੁਝ ਮੁੱਦਿਆਂ ਨੂੰ ਲੈ ਕੇ ਪਾਰਟੀ ਦੇ ਵਿੱਚ ਡੀਮੋਰਲਾਈਜ਼ ਵੀ ਹੋਈ ਹੋਈ ਸੀਗੀ ਤੇ ਤੁਹਾਨੂੰ ਕੀ ਲੱਗਦਾ ਉਹ ਸਾਰੀ ਜੋ 네ਗੈਟਿਵਿਟੀ ਸੀ ਉਹ ਪਾਰਟੀ ਨੂੰ ਇੱਕ ਵੱਡਾ ਇਸ ਚੋਣ ਦੇ ਵਿੱਚ ਹੰਗਾਰਾ ਮਿਲਿਆ ਅਗਲੇ ਇਲੈਕਸ਼ਨ ਲਈ ਅਗਲਾ ਰਾਹ ਪੱਧਰ ਹੋ ਗਿਆ ਦੇਖੋ ਸਾਰੀਆਂ ਹੀ ਪਾਰਟੀਆਂ ਨੇ ਇੱਕ ਪੇਜ ਤੇ ਕੰਮ ਕਰ ਰਹੀਆਂ ਸੀਗੀਆਂ ਇੱਕ ਲਾਈਨ ਤੇ ਕੰਮ ਕਰ ਰਹੀਆਂ ਸੀਗੀਆਂ ਕਿ ਆਮ ਆਦਮੀ ਪਾਰਟੀ ਨੂੰ ਕਿਵੇਂ ਬਦਨਾਮ ਕਰਨਾ ਉਸੇ ਲਾਈਨ ਦੇ ਉੱਤੇ ਭਾਜਪਾ ਦੇ ਨੇਤਾ ਬੋਲਦੇ ਸੀਗੇ ਉਸੇ ਲਾਈਨ ਦੇ ਉੱਤੇ ਕਾਂਗਰਸ ਪਾਰਟੀ ਦੇ ਨੇਤਾ ਬੋਲਦੇ ਸੀਗੇ ਉਸੇ ਲਾਈਨ ਦੇ ਉੱਤੇ ਕਾਲੀ ਦਲ ਭੋਜਨ ਸਮਾਜ ਪਾਰਟੀ ਦੇ ਨੇਤਾ ਬੋਲਦੇ ਸੀਗੇ ਸਾਰੇ ਇੱਕੋ ਲਾਈਨ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਸੀਗੇ ਪਰ ਲੇਕਿਨ ਲੋਕਾਂ ਨੇ ਜੋ ਸੱਚ ਸੀਗਾ ਜੋ ਅਸਲੀਅਤ ਸੀਗੀ ਉਹਨੂੰ ਪ੍ਰਵਾਨ ਕੀਤਾਗਾ ਤਨੀ ਤੁਹਾਨੂੰ ਕੋਈ ਡਰ ਸੀਗਾ ਕਿ ਇਹ ਜਿਸ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਭਗਵੰਤ ਸਿੰਘ ਮਾਨ ਨੇ ਵੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਅਰਵਿੰਦ ਕੇਜਰੀਵਾਲ ਨਾਲ ਬੈਠੇ ਸੀ ਉਹ ਕਹਿੰਦੇ ਕਿ ਮੇਰੇ ਤੇ ਨਿੱਜੀ ਦੋਸ਼ ਲਾਏ ਗਏ ਮੇਰੀ ਲਾਈਫ ਦੇ ਉੱਪਰ ਦੋਸ਼ ਲਾਏ ਗਏ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦਾ ਵੀ ਭਲਾ ਹੋਵੇ ਐਂ ਦੇਖੋ ਬਿਲਕੁਲ ਸੱਚ ਆ ਜਦੋਂ ਉਹ ਝੂਠ ਬੋਲਦੇ ਸੀ ਆਪੋਜੀਸ਼ਨ ਵਾਲੇ ਉਦੋਂ ਸਾਨੂੰ ਤਾਕਤ ਮਿਲਦੀ ਸੀ ਜਦੋਂ ਕੋਈ ਆ ਕੇ ਕੋਈ ਜਿਹੜਾ ਜੇਲ੍ਹਾਂ ਚੋਂ ਆਏ ਹੋਏ ਬੰਦੇ ਜਿਨ੍ਹਾਂ ਤੇ ਮੁਕਦਮੇ ਚੱਲਦੇ ਨੇਗੇ ਉਹ ਆ ਕੇ ਝੂਠ ਬੋਲਦੇ ਸੀਗੇ ਸੋ ਸਾਨੂੰ ਤਾਕਤ ਮਿਲਦੀ ਸਾਨੂੰ ਪਤਾ ਲੱਗਦਾ ਏ ਝੂਠ ਬੋਲਦਾ ਲੋਕਾਂ ਨੇ ਰਿਜੈਕਟ ਕਰਨਾ ਹੈ ਉਹੀ ਹੋਇਆ ਜਿੱਥੇ ਜਿੱਥੇ ਉਹ ਲੋਕ ਜਾ ਕੇ ਝੂਠ ਬੋਲੇ ਉੱਥੇ ਤੇ ਸਾਨੂੰ ਵੋਟਾਂ ਵੱਧ ਮਿਲੀਆਂ ਲੋਕਾਂ ਨੇ ਜਵਾਬ ਦਿੱਤਾ ਕਿ ਭਾਈ ਹੁਣ 21ਵੀਂ ਸਦੀ ਆ ਹੁਣ ਝੂਠ ਬੋਲਣ ਦਾ ਜਵਾਨਾ ਨਹੀਂ ਰਿਹਾਗਾ ਸੋ ਤੁਸੀਂ ਝੂਠ ਦੀ ਜਿਹੜੀ ਸਿਆਸਤ ਸੀ ਕਾਂਗਰਸ ਨੇ ਬੀਜੇਪੀ ਨੇ ਕਾਲੀਆਂ ਨੇ ਬਹੁਤ ਲੰਬਾਰਸ਼ਾ ਕਰ ਲਈ ਹੁਣ ਕੰਮ ਦੀ ਸਿਆਸਤ ਹੋਊਗੀ ਹੁਣ ਜਿਹੜਾ ਕੰਮ ਕਰੂਗਾ ਉਹ ਅੱਗੇ ਵਧੂਗਾ ਸੋ ਅਸੀਂ ਕੰਮ ਕਰ ਰਹੇ ਆਂਗੇ ਅਸੀਂ ਸਵੇਰ ਤੋਂ ਲੈ ਕੇ ਲਗਾਤਾਰ ਸ਼ਾਮ ਤੱਕ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਹਰ ਰੋਜ਼ ਕੰਮ ਦਰਕਮ ਕੰਮ ਦਰਕਮ ਕਰਦੇ ਨੇ ਕਿ ਇਹ ਬੇਲੇ ਝੂਠ ਬੋਲਣ ਤੇ ਲੱਗੇ ਨੇ ਕਿ ਸੋ ਹਮੇਸ਼ਾ ਝੂਠ ਹਾਰਦਾ ਹੁੰਦਾ ਸੱਚ ਜਿੱਦਾ ਹੁੰਦਾ ਔਰ ਸੱਚ ਜਿੱਤੇਗਾ ਨਵਜੋਤ ਸਿੰਘ ਸਿੱਧੂ ਨੇ ਦਾਰਿਆਵੜੇ ਨੂੰ ਉਹ ਕਹਿੰਦੇ ਪੁਲਿਸ ਐਕਸ਼ਨ ਦੀ ਜਿੱਤ ਹੋਈ ਹੈ ਆ ਦੇਖੋ ਉਹਨਾਂ ਨੂੰ ਹਾਰ ਕਬੂਲ ਕਰਨੀ ਚਾਹੀਦੀ ਹੈ ਉਹਨਾਂ ਦੇ ਸਮੇਂ ਜਦੋਂ ਉਹਨਾਂ ਦੀ ਸਰਕਾਰ ਸੀ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦੋਂ ਵੀ ਕੋਈ ਬਾਅ ਇਲੈਕਸ਼ਨ ਹੋਈ ਜਦੋਂ ਵੀ ਕੋਈ ਮਿਊਸਪਲ ਕਮੇਟੀ ਦੇ ਇਲੈਕਸ਼ਨ ਹੋ ਜਾਂ 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 ਪੰਚਾਇਤਾਂ ਦੇ ਇਲੈਕਸ਼ਨ ਹੋ ਜਾਂ ਕਤਲ ਹੁੰਦੇ ਸੀ ਮਰਡਰ ਹੁੰਦੇ ਸੀ ਕਤਲ ਕਿ ਤੁਸੀਂ ਵੀ ਦੇਖਿਆ ਹੋ ਕਿਵੇਂ ਫਿਰੋਜ਼ਪੁਰ ਦੇ ਅੰਦਰ ਅਬੋਹਰ ਦੇ ਅੰਦਰ ਗੋਲੀਆਂ ਚੱਲੀਆਂ ਇੱਥੋਂ ਤੱਕ ਕਿ ਆਪੋਜੀਸ਼ਨ ਦੇ ਲੀਡਰ ਸੀ ਉਹ ਜੋ ਜਿਹੜੇ ਦੂਜੇ ਸੀਗੇ ਉਹਨੂੰ ਭੱਜਣਾ ਪਿਆ ਸੀ ਉੱਥੋਂ ਕਿਸ ਤਰ੍ਹਾਂ ਪੱਟੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਕਿਸ ਤਰ੍ਹਾਂ ਜਲੰਧਰ ਪਟਿਆਲਾ ਮਤਲਬ ਗੁੰਡਾ ਕਰਦੇ ਲੰਗਾ ਨਾਚ ਕਾਂਗਰਸ ਪਾਰਟੀ ਨੇ ਪੰਜਾਬ ਚ ਲਾਇਆ ਸੀਗਾ ਪਹਿਲੀ ਇਲੈਕਸ਼ਨ ਆ ਜਿਹੜੀ ਪੁਰ ਅਮਨ ਇੱਕ ਵੀ ਐਫ ਆਈ ਆਰ ਨਹੀਂ ਹੋਈ ਗੋਲ ਚੱਲਣ ਦੀ ਇੱਕ ਵਿੱਚ ਰੀਡ ਤੱਕ ਨਹੀਂ ਆਈ ਕਿਸੇ ਦੇ ਖਰੋਚ ਤੱਕ ਨਹੀਂ ਆਈ ਕਿਸੇ ਦੇ ਅੱਗੇ ਤਾਂ ਪੱਤਰਕਾਰ ਘੁੱਟਦੇ ਦਿੰਦੇ ਸੀਗੇ ਪੱਤਰਕਾਰ ਕੁੱਟੇ ਜਾਂਦੇ ਸੀਗੇ ਇਲੈਕਸ਼ਨਾਂ 'ਚ ਵੀ ਤੁਸੀਂ ਕਵਰ ਨਾ ਕਰੋ ਸੇ ਪਹਿਲੀ ਇਲੈਕਸ਼ਨ ਆ ਜਿਹੜੀ ਇਮਾਨਦਾਰੀ ਨਾਲ ਹੋਈ ਆ ਹੁਣ ਵੀ ਦੁਬਾਰਾ ਮੇਰੀ ਸਲਾਹ ਹੈ ਕਿ ਉਹਨਾਂ ਨੂੰ ਵੀ ਝੂਠ ਬੋਲਣਾ ਬੰਦ ਕਰ ਲਓ ਲੋਕਾਂ ਨੇ ਫਿਰ ਤਨੂੰ ਠੋਕਣਾਗਾ ਬਿਲਕੁਲ ਤੁਹਾਨੂੰ ਹੀ ਚਾਰਜ ਲਾਇਆ ਗਿਆ ਸੀਗਾ ਤੇ ਚੁਣੌਤੀਆਂ ਤਾਂ ਸੀਗੀਆਂ ਕਿਉਂਕਿ ਜਿਸ ਤਰ੍ਹਾਂ ਦੇ ਵੱਡੇ ਵਿਵਾਦ ਆਮ ਆਦੀ ਪਾਰਟੀ ਦੇ ਉੱਪਰ ਜਾਂ ਮੁੱਦੇ ਸੀਗੇ ਤੁਹਾਨੂੰ ਕਿੰਨਾ ਕੁ ਜ਼ਿਆਦਾ ਜਾਂ ਜਾਦੂ ਦੀ ਕਿਹੜੀ ਛੜੀ ਚੱਲੀਗੀ ਆਮ ਆਦੀ ਪਾਰਟੀ ਐਡੀ ਵੱਡੀ ਲੀਡ ਨਾਲ ਜਿੱਤ ਗਈ ਕੋਈ ਵਿਰੋਧੀ ਵੀ ਹੈਰਾਨ ਨੇ ਕਿਉਂਕਿ ਉਹਨਾਂ ਦਾ ਵੀ ਐਨਾਲਿਸਿਸ ਸੀਗੇ ਕਿ ਆਮ ਆਦੀ ਪਾਰਟੀ ਤੀਜੇ ਚੌਥੇ ਨੰਬਰ ਤੇ ਜਾਊਗੀ ਦੇਖੋ ਕੋਈ ਜਾਦੂ ਦੀ ਛੜੀ ਨਹੀਂ ਚੱਲੀ ਹੈਗੀ ਸਿਰਫ ਕੰਮ ਚੱਲਿਆ ਜੋ ਅਸੀਂ ਵਰਕ ਕੀਤਾ ਇੱਕ ਸਾਲ ਤੁਹਾਨੂੰ ਇਨਚਾਰਜ ਥਾਪਿਆ ਗਿਆ ਸੀ ਕਿ ਕਿਸ ਲਈ ਤੇ ਚੱਲੀ ਆ ਦੇਖੋ ਜੋ ਸਖਤ ਮਿਹਨਤ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਸਖਤ ਮਿਹਨਤ ਕਰਦੇ ਨੇ ਦੇਖੋ ਜੋ ਕੁਝ ਮਰਜ਼ੀ ਵਿਰੋਧੀ ਕਹੀ ਜਾਣ ਤੁਸੀਂ ਆਪ ਦੱਸੋ ਕਿ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਹੁੰਦੇ ਸੀ ਉਹ ਸਾਲ-ਸਾਲ ਭਾਰਤ ਆ ਭਾਈ ਦਫ਼ਤਰ ਨਹੀਂ ਜਾ ਕੇ ਬੈਠਦੇ ਸੀਗੇ 6-6 ਮਹੀਨੇ ਆਈਏ ਸਭ ਤੋਂ ਪੁੱਛ ਲਓ ਫਾਈਲਾਂ ਨਹੀਂ ਕੱਢਦੇ ਸੀਗੇ ਜਿਹੜੀ ਫਾਈਲ ਕੱਢਦੇ ਸੀ ਦੇਖਦੇ ਸੀ ਕਿ ਇਹ ਵੀ ਕੁਝ ਆ ਗਿਆ ਤਾਂ ਫਾਈਲ ਪਾਸ ਕਰਦੇ ਨਹੀਂ ਕਰਦੇ ਨਹੀਂ ਸੀਗੇ ਪਹਿਲੀ ਸਰਕਾਰ ਆ ਫਾਈਲ ਜਿਹੜੀ ਆ ਹਜੇ ਮੈਸਾਵਿੰਦਾ ਤਿਆਰ ਹੋ ਰਹੀ ਹੁੰਦੀ ਆ ਔਰ ਫੈਸਲਾ ਪਹਿਲਾਂ ਲਿਆ ਪਿਆ ਹੁੰਦਾ ਕਿ ਆਪਾਂ ਇਹ ਜਿਹੜੀ ਜਿਹੜਾ ਫਾਈਲ ਆ ਰਹੀ ਆ ਇਹਦੇ ਤੇ ਆਪਾਂ ਨੇ ਆ ਫੈਸਲਾ ਕਰਨਾ ਜਿਹੜਾ ਲੋਕਾਂ ਲਈ ਲਾਹੇਵੰਦਾ ਜਿਹੜਾ ਲੋਕਾਂ ਦੀ ਪ੍ਰਾਇੋਰਟੀ ਨੂੰ ਮੁੱਖ ਰੱਖ ਕੇ ਆ ਸੋ ਮੈਂ ਬਾਰ ਬਾਰ ਕਹਿ ਰਿਹਾ ਕਿ ਇਮਾਨਦਾਰੀ ਜਿਹੜੀ ਆ ਉਹ ਕਮ ਆਈ ਆ ਇਮਾਨਦਾਰੀ ਸਾਡੀ ਜਿੱਦਾ ਮੰਤਰਾ ਇਮਾਨਦਾਰੀ ਆ ਜੋ ਮੰਤਰ ਸਾਨੂੰ ਅਰਵਿੰਦ ਕੇਜਰੀਵਾਲ ਜੀ ਨੇ ਕੱਟਣ ਇਮਾਨਦਾਰੀ ਦਾ ਪਾਠ ਪੜਾਇਆਗਾ ਮੈਂ ਸਮਝਦਾ ਸਾਡਾ ਮੰਤਰ ਕਮ ਆਇਆਗਾ ਕਿ ਜੀ ਇਮਾਨਦਾਰੀ ਨਾਲ ਕੰਮ ਕਰੋ ਲੋਕਾਂ ਦੇ ਕੰਮ ਕਰੋ ਲੋਕ ਪਿਆਰ ਕਰਨਗੇ ਲੋਕ ਸਤਿਕਾਰ ਦੇਣਗੇ ਲੋਕ ਤੁਹਾਨੂੰ ਹੱਥਾਂ ਤੇ ਚੱਕਣਗੇ ਤੇ ਚੀਵਾ ਸਾਹਿਬ ਇੱਕ ਇਹ ਵੀ ਸੀਗਾ ਕਿ ਉੱਥੇ ਅਸੀਂ ਇਹ ਵੀ ਦੇਖਿਆ ਕਿ ਮੋਬਾਈਲਾਂ ਦੇ ਉੱਪਰ ਲਾਊਡ ਸਪੀਕਰ ਦੇ ਉੱਪਰ 1000 ਰੁਪਏ ਵਾਲੀ ਗਰੰਟੀਆਂ ਲੋਕਾਂ ਨੂੰ ਸੁਣਾੰਦੇ ਨਜ਼ਰ ਆ ਰਹੇ ਸੀ ਤੇ ਇਹ ਵੀ ਪੁੱਛ ਰਹੇ ਸੀਗੇ ਕਿ ਕਿਹੜੀ ਕਿਹੜੀ ਮਹਿਲਾ ਦੇ ਅਕਾਊਂਟ ਦੇ ਵਿੱਚ 14000 ਰੁਪਏ ਆ ਗਿਆ ਕਿ 1000 ਰੁਪਏ ਵੱਡਾ ਵਾਅਦਾ ਸੀਗਾ ਤੁਹਾਡਾ ਤੇ ਹੁਣ ਕੀ ਲੱਗਦਾ ਕਿ ਇਹ ਵਾਅਦਾ ਕਦੋਂ ਤੱਕ ਪੂਰਾ ਹੋ ਜਾਊਗਾ ਅ ਦੇਖੋ ਸਰਕਾਰ ਜਦੋਂ ਬਣਦੀ ਹੈ ਲੋਕਾਂ ਨੂੰ ਪਤਾਗਾ ਪੰਜਾਬ ਦੇ ਲੋਕ ਪੰਜਾਬ ਦੀਆਂ ਮਹਿਲਾਵਾਂ ਸਾਡੀਆਂ ਮਾਵਾਂ ਪੈਣ ਇਸ ਗੱਲ ਨੂੰ ਜਾਣਦੀਆਂ ਨੇ ਕਿ ਸਰਕਾਰ ਜਦੋਂ ਬਣਦੀ ਪੰਜ ਸਾਲ ਲਈ ਬਣਦੀ ਹੈ ਪੰਜ ਸਾਲ ਚ ਸਾਰੇ ਵਾਅਦੇ ਗਰੰਟੀਆਂ ਪੂਰੀਆਂ ਕਰਨੀਆਂ ਹੁੰਦੀਆਂ ਨੇਗੀਆਂ ਔਰ ਸਾਡੀ ਪਾਰਟੀ ਤੇ ਇਸ ਗੱਲ ਲਈ ਜਾਣੀ ਜਾਂਦੀ ਆ ਅਰਵਿੰਦ ਕੇਜਰੀਵਾਲ ਜੀ ਦਾ ਇਸ ਗੱਲ ਦੇ ਲਈ ਬਹੁਤ ਵੱਡਾ ਗਵਾਹ ਨੇ ਸਬੂਤ ਨੇਗੇ ਸਾਡੇ ਨੇਤਾ ਨੇਗੇ ਕਿ ਜੋ ਅਸੀਂ ਕਹਿੰਨੇ ਆ ਉਹ ਕਰਦੇ ਆ ਭਾਈ ਅਗਲੇ ਇਲੈਕਸ਼ਨ ਚ ਫੇਰ ਜਾਵਾਂਗੇ ਜੇ ਅਸੀਂ ਵਾਅਦੇ ਪੂਰੇ ਕਰਾਂਗੇ ਸੋ ਅਸੀਂ ਸਾਡੀਆਂ 5 ਗਰੰਟੀਆਂ ਸੀ ਔਰ 4 ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨਹੀਂ ਹੈ। ਇੱਕ ਗਰੰਟੀ ਰਹਿਦੀ ਆ ਜੇ ਅਸੀਂ ਕੋਈ ਮੁੱਕਰਦੇ ਨਹੀਂ ਹੈਗੇ ਰਹਿੰਦੀ ਆ ਉਹ ਪੂਰੀ ਕਰਾਂਗੇ। ਅਸੀਂ ਪੂਰੀ ਕਰਾਂਗੇ ਤੁਹਾਡਾ ਥੋੜਾ ਹਾਲਾਤ ਜਿਹੜੇ ਤਾਂ ਕਿ ਇੱਕ ਇਹੀ ਵੱਡਾ ਮੁੱਦਾ ਰਹਿ ਗਿਆ ਸੀ 1000 ਰੁਪਏ ਗਰੰਟੀ ਪੂਰੀ ਕਰਨ ਵਾਲਾ ਕਿ ਹੁਣ ਇਹਦੇ ਤੇ ਵਿਰੋਧੀਆਂ ਨੇ ਘੇਰਿਆ ਸੀਗਾ ਲੇਕਿਨ ਉਹ ਕਿਤੇ ਨਾ ਕਿਤੇ ਨੁਕਤਾ ਕੰਮ ਨਹੀਂ ਆਇਆ ਉਹਨਾਂ ਦਾ। ਮੈਂ ਉਹੀ ਕਹਿ ਰਿਹਾਗਾ ਕੀ ਹਾਲਾਤ ਲਗਾਤਾਰ ਠੀਕ ਹੋ ਰਹੇ ਨੇ ਲਗਾਤਾਰ ਖਜ਼ਾਨੇ ਦੇ ਹਾਲਾਤ ਬਿਹਤਰ ਹੋ ਰਹੇ ਨੇ ਜਦੋਂ ਬਿਲਕੁਲ ਸਿਚੁਏਸ਼ਨ ਠੀਕ ਹੋ ਗਈ ਸੀ ਲਾਗੂ ਕਰਾਂਗੇ ਉਹਨੇ ਖਾਲੀ ਨਹੀਂ ਮਤਲਬ ਖਜ਼ਾਨਾ ਭਰਦਾ ਪਿਆ ਬਿਲਕੁਲ ਖਜ਼ਾਨਾ ਭਰਦਾ ਭਰ ਰਿਹਾ ਹੈਗਾ ਸੋ ਜਦੋਂ ਹਾਲਾਤ ਠੀਕ ਹੋਣਗੇ ਅਸੀਂ ਬਿਲਕੁਲ ਲਾਗੂ ਕਰਾਂਗੇ ਸੋ ਵਿਰੋਧੀਆਂ ਨੂੰ ਨਾ ਆਪਣੀ ਹਾਰ ਤੋਂ ਸਬਕ ਸਿੱਖਣਾ ਚਾਹੀਦਾਗਾ ਉਹਨਾਂ ਨੂੰ ਝੂਠ ਦੀ ਸਿਆਸਤ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਦੀ ਸਿਆਸਤ ਇਹ ਬੰਦ ਕਰਨੀ ਚਾਹੀਦੀ ਆ ਮੈਂ ਦੇਖਦਾ ਸੀਗਾ ਕਿ ਕਿ ਨੇਤਾ ਬੋਲ ਰਿਹਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਰਿਵਾਰ ਬਾਰੇ ਉਹਨਾਂ ਦੇ ਬਾਰੇ ਬਹੁਤ ਗਲਤ ਤੇ ਗੰਦੀਆਂ ਟਿੱਪਣੀਆਂ ਕਰ ਰਿਹਾ ਸੀਗਾ ਲੋਕਾਂ ਨੇ ਬੁਰੀ ਤਰ੍ਹਾਂ ਉਸ ਜਿੱਥੇ ਉਹ ਜਾ ਕੇ ਬੋਲਿਆ ਸੀਗਾ ਜਿਹੜੀਆਂ ਨੇ ਸਟੇਜਾਂ ਤੇ ਜਾ ਕੇ ਬੋਲਿਆ ਉਹਨਾਂ ਪਿੰਡਾਂ ਦੇ ਲੋਕਾਂ ਨੇ ਬੁਰੀ ਤਰ੍ਹਾਂ ਹਰਾਇਆ ਉਹਨਾਂ ਬਾੜਾਂ 'ਚ ਬੁਰੀ ਤਰ੍ਹਾਂ ਹਾਰ ਕੇ ਗਿਆ ਕਿਉਂ ਕਿਉਂਕਿ ਉਹਨੂੰ ਪਤਾ ਸੀ ਵੀ ਬੰਦਾ ਝੂਠ ਬੋਲ ਰਿਹਾ ਲੋਕ ਜੇ ਬੋਲਦੇ ਨਹੀਂ ਲੋਕ ਜਦੋਂ ਮੋਹਰ ਲਾਉਂਦੇ ਨੇ ਨਾ ਵੋਟ ਪਰਚੀ ਤੇ ਮੋਹਰ ਲੱਗਦੀ ਹੈ ਜਦੋਂ ਮਸ਼ੀਨ ਦਾ ਬਟਨ ਦਬਾਉਂਦੇ ਨੇਗੇ ਉਦੋਂ ਦੱਸਦ ਨੇ ਵਿਰੋਧੀਆਂ ਉਦੋਂ ਚੀਕਾਂ ਘੜਾਉਂਦੇ ਨੇ ਵਿਰੋਧੀਆਂ ਕਿ ਤੁਸੀਂ ਕੁਝ ਝੂਠ ਬੋਲੇ ਸੀ ਉਦੋਂ ਸਭ ਕੁਝ ਖਾਇਆ ਫਿਰ ਉਹਨਾਂ ਨੂੰ ਬਿਲਕੁਲ ਸਾਫ ਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਵੀ ਉੱਥੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਇਹ ਝੂਠ ਦਾ ਪਲੰਦਾ ਹੈ ਜਿਹੜੀ ਆਮ ਆਦੀ ਪਾਰਟੀ ਹੈ ਹੁਣ ਝੂਠ ਦਾ ਪਲੰਦਾ ਕੌਣ ਹੋ ਗਿਆ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਸੱਚ ਦਾ ਪਲੰਦਾ ਹੈ ਕਿ ਝੂਠ ਦਾ ਪਲੰਦਾ ਕਾਂਗਰਸ ਪਾਰਟੀ ਆ ਜਿਹਨੇ 5 ਸਾਲਾਂ ਚ ਕੋਈ ਕੰਮ ਨਹੀਂ ਕੀਤਾ ਵੱਡੇ ਵੱਡੇ ਵਾਅਦੇ ਕਰਕੇ ਆ ਗਏ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਨੌਕਰੀਆਂ ਦੇਵਾਂਗੇ ਨਾ ਨੌਕਰੀ ਦਾ ਰੋਜ਼ਗਾਰ ਨਾ ਕਰਜ਼ਾ ਮਾਫੀ ਪਿੱਛੇ ਚਲਾ ਗਿਆ ਪੰਜਾਬ 5 ਸਾਲ ਅੱਗੇ ਲੈ ਕੇ ਜਾਣ ਦੀ ਗੱਲ ਕਰਦੇ ਸੀ 5 ਸਾਲ ਪਿੱਛੇ ਚਲਾ ਗਿਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਰੰਗਲਾ ਪੰਜਾਬ ਬਣਾਉਣ ਵੱਲ ਵਧ ਰਹੇ ਹਾਂਗੇ ਇਹ ਜਿਹੜੇ ਝੂਠ ਦੇ ਪਲੰਦੇ ਨੇਗੇ ਕਾਂਗਰਸੀ ਕਾਲੀ ਬੀਜੇਪੀ ਵਾਲੇ ਇਹ ਪੰਜਾਬ ਚੋਂ ਖਤਮ ਹੋਣਗੇ ਚੀਮਾ ਸਾਹਿਬ ਰਿਵਿਊ ਕੀਤਾ ਜਾ ਰਿਹਾ ਕਿਉਂਕਿ ਜਨਤਾ ਪੁੱਛਦੀ ਵੀ ਕਿ 1000 ਰੁਪਿਆ ਕਦੋਂ ਮਿਲੇਗਾ ਵਿਰੋਧੀ ਧਿਰਾਂ ਵੀ ਤੁਹਾਨੂੰ ਇਸੇ ਮੁੱਦੇ ਦੇ ਘੇਰਦਿਆਂ ਨੇ ਉਹ ਫੇਰ ਅੱਗੋਂ ਘੇਰਨ ਗਿਆ ਕੀ ਹਜ਼ਾਰ ਰੁਪਏ ਕਦੋਂ ਤੱਕ ਮਿਲ ਦੇਗਾ ਕਦੋਂ ਤੱਕ ਲੋਕ ਆਸ ਰੱਖ ਸਕਦੇ ਕਿਉਂਕਿ ਇਹ ਤਾਂ ਨਹੀਂ ਕਿ 4 ਸਾਲ ਬਾਅਦ ਹਜ਼ਾਰ ਰੁਪਏ ਦਿੱਤਾ ਜਾਏਗਾ ਕਦੋਂ ਤੱਕ ਹਜ਼ਾਰ ਰੁਪਏ ਦੇਖੋ ਕਿਉਂ ਕੀਤਾ ਜਾ ਰਿਹਾ ਹੈ ਦੇਖੋ ਸਾਰਿਆਂ ਨੂੰ ਪਤਾਗਾ ਪੰਜਾਬੀਆਂ ਨੂੰ ਪਤਾਗਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਨੇਗੀਆਂ ਕਾਂਗਰਸ ਪਾਰਟੀ ਅਕਾਲੀ ਦਲ ਭਾਜਪੀ ਇਹ ਉਹ ਪਾਰਟੀਆਂ ਜਿਹਨੇ ਪੰਜਾਬ ਨੂੰ ਬਰਬਾਦ ਕੀਤਾਗਾ ਔਰ ਲੋਕਾਂ ਨੂੰ ਸਾਡੇ ਤੇ ਭਰੋਸਾਗਾ ਕਿ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਾਂ ਬੜੀ ਮਿਹਨਤ ਦੇ ਨਾਲ ਕੰਮ ਕਰ ਰਹਾਂਗੇ ਸੋ ਬਿਲਕੁਲ ਸਮਾਂ ਆਉਣ ਦੇ ਉੱਤੇ ਏ ਵੀ ਗਾਰੰਟੀ ਪੂਰੀ ਕੀ ਕਰ ਸਕਦੇ ਕਿ ਜਲਦੀ ਜਿਹੜਾ ਉਹਨਾਂ ਨੂੰ 1000 ਰੁਪਏ ਜਿਹੜਾ ਉਹ ਮਿਲੇਗਾ ਬਿਲਕੁਲ ਪੰਜਾਬ ਦੀਆਂ ਸਾਡੀਆਂ ਮਹਿਲਾਵਾਂ ਨੂੰ ਮਾਮਾ ਬੈਣਾ ਨੂੰ ਬਿਲਕੁਲ ਮੈਂ ਸਮਝਦਾ ਅਸੀਂ ਇਸ ਵਾਦਾ ਜਿਹੜਾ ਕੀਤਾ ਸੀ ਤੇ ਪੂਰੇ ਉਤਰਾਂਗੇ ਉਹ ਲਾਗੂ ਕਰਾਂਗੇ ਤੇ ਬਿਜਲੀ ਫ੍ਰੀ ਮਿਲਦੀ ਵੀ ਪੰਜਾਬ ਨੂੰ ਲੱਗਦਾ ਕਿ ਇਹ ਵੀ ਇੱਕ ਵੱਡਾ ਮੁੱਦਾ ਸੀਗਾ ਕਿ ਇੰਨੀਆਂ ਵੋਟਾਂ ਪਈਆਂ ਨੇ ਇਹ ਵਾਦਾ ਸਭ ਤੋਂ ਜ਼ਿਆਦਾ ਕੰਮ ਕੀਤਾ ਕਿਉਂਕਿ ਵਿਰੋਧੀ ਸਭ ਤੋਂ ਜ਼ਿਆਦਾ ਘੇਰਦੇ ਹੀ ਇਰੇ ਤੇ ਪਏ ਸੀ ਦੇਖੋ ਭਈ ਮੈਂ ਪਹਿਲਾਂ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਵਾਦਾ ਪੂਰਾ ਕੀਤਾ ਕਿ ਨਹੀਂ ਕੀਤਾ ਜੇ ਅਸੀਂ ਵਾਦਾ ਪੂਰਾ ਕੀਤਾ ਲੋਕ ਵੋਟਾਂ ਕਿਉਂ ਨਹੀਂ ਪਾਉਣਗੇ ਸਨੂਈ ਬੋਣਗੇ ਬੋਟਾ ਲੋਕਾਂ ਨੂੰ ਪਤਾ ਹੈ ਕਿ ਹਾਂ ਜੀ ਵਾਦੇ ਵਾਦੇ ਪੂਰੇ ਕਰਨ ਵਾਲੀ ਪਾਰਟੀ ਆ ਝੂਠ ਬੋਲਣ ਵਾਲੀ ਪਾਰਟੀ ਨਹੀਂ ਹੈਗੀ ਜਿਹੜੇ ਨਫਰ ਦੀ ਰਾਜਨੀਤੀ ਕਰਦੇ ਨੇ ਜਿਹੜੇ ਝੂਠ ਦੀ ਰਾਜਨੀਤੀ ਕਰਦੇ ਨੇ ਜਿਹੜੇ ਲੋਕਾਂ ਨੂੰ ਗੁੰਮਰਾਹਕੁਨ ਪ੍ਰਚਾਰ ਕਰਦੇ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਸੀਗੇ ਉਹ ਸਾਰੇ ਹਾਰੇਣਗੇ ਔਰ ਜਿਹੜੇ ਇਮਾਨਦਾਰ ਨੇ ਸਿਆਸਤ ਕਰ ਰਹੇ ਨੇਗੇ ਜਿਹੜੇ ਲੋਕਾਂ ਦੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੀ ਦੇਣ ਦੀ ਗੱਲ ਕਰ ਰਹੇ ਨੇਗੇ ਸਾਡੇ ਬਜ਼ੁਰਗਾਂ ਦਾ ਅੱਛਾ ਇਲਾਜ ਕਰਾਉਣ ਦੀ ਅਸੀਂ ਗੱਲ ਕਰਦੇ ਆਂਗੇ ਔਰ ਮੰਨ ਲਾ ਕੇ ਨੇ ਖੁੱਲ ਚੁੱਕੇ ਨੇਗੇ ਔਰ ਜਿਹੜੀ 300 ਯੂਨਟ ਮੁਫਤ ਸਿ ਇਲੈਕਟ੍ਰਿਸਿਟੀ ਦਿੱਤੀ ਉਹ ਅਸੀਂ ਲੋਕਾਂ ਦੇ ਘਰਾਂ ਦਾ ਪੈਸੇ ਬਚ ਚੁੱਕੇ ਨੇਗੇ ਸਬੂਤ ਨੇਗੇ ਇਸ ਗੱਲ ਦੇ ਸੋ ਲੋਕ ਸਾਨੂੰ ਵੋਟ ਪਾਉਣਗੇ ਇਹ ਜਿਹੜੇ ਨਫਰ ਦੀ ਗਲਤ ਝੂਠੀ ਫਰੇਬ ਦੀ ਸਿਆਸਤ ਕਰਨ ਲੋਕ ਨੇ ਉਹਨਾਂ ਨਾਲ ਸਮੇਂ ਦੇਖਣ ਦੀ ਵੱਡੀ ਹਾਰ ਹੋਊਗੀ ਭ੍ਰਸ਼ਟਾਚਾਰ ਦੇ ਉੱਪਰ ਜਿਹੜਾ ਹੈਗਾ ਭਗਵੰਤ ਸਿੰਘ ਮਾਨ ਬਾਰ-ਬਾਰ ਕਹਿੰਦੇ ਕੋਈ ਭ੍ਰਸ਼ਟਾਚਾਰ ਦੀ ਪੰਜਾਬ ਦੇ ਵਿੱਚ ਨਹੀਂ ਛੱਡਿਆ ਜਾਏਗਾ ਤੁਸੀਂ ਵੀ ਸੜਕਾਂ ਦੇ ਉੱਪਰ ਨਜ਼ਰ ਆਏ ਕਿਵੇਂ ਤੁਸੀਂ ਜੀਐਸਸੀ ਦੇ ਮੁੱਦੇ ਦੇ ਉੱਪਰ ਵੀ ਟਰੱਕ ਘੇਰਦੇ ਨਜ਼ਰ ਆਏ ਕਿ ਭ੍ਰਸ਼ਟਾਚਾਰੀ ਕੋਈ ਨਹੀਂ ਛੱਡਿਆ ਜਾਏਗਾ ਕਿ ਉਹ ਜਿਵੇਂ ਕਿ ਲਾਸਟ ਪ੍ਰੈਸ ਕਾਨਫਰੰਸਿਸ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਜੀਵਨ ਉੱਤੇ ਬੈਠੇ ਸੀ ਉਹਨੇ ਕਿ ਮੇਰੇ ਤੇ ਨਿੱਜੀ ਦੋਸ਼ ਲਾਏ ਗਏ ਹੋਰ ਮੇਰੀ ਲਾਈਫ ਦੇ ਬਾਰੇ ਬੋਲੇਗੇ ਕਿ ਸਬਦਾ ਪਲਾਵ ਹੈ ਕਿ ਹੁਣ ਇਸ ਇਲੈਕਸ਼ਨਸ ਕਰਕੇ ਮੇਰੇ ਕੋਲ ਸਾਰਾ ਪੈਂਡਿੰਗ ਸੀਗਾ ਜਿਹੜੇ ਭ੍ਰਸ਼ਟਾਚਾਰੀਆਂ ਦੀ ਗੱਲ ਕੀਤੀ ਜਾ ਰਹੀ ਸੀ ਕਿ ਹੁਣ ਫੇਰ ਉਹ ਐਕਸ਼ਨ ਮੋਡ ਚ ਨਜ਼ਰ ਆਣਗੇ ਜਲਦ ਭਗਵੰਤ ਸਿੰਘ ਮਾਨ ਤੇ ਜਿਵੇਂ ਕਿ ਸਾਬਕਾ ਲੀਡਰ ਦੇਖੋ ਜਿਨੇ ਵੀ ਭ੍ਰਿਸ਼ਟਾਚਾਰ ਕੀਤਾਗਾ ਚਾਹ ਕੋਈ ਲੀਡਰ ਆ ਚਾਹ ਕੋਈ ਬਿਊਰੋਕਰੇਟ ਆ ਜਿਹੜਾ ਵੀ ਜਿਨੇ ਵੀ ਭ੍ਰਿਸ਼ਟਾਚਾਰ ਕੀਤਾਗਾ ਜਾਂ ਕਰ ਰਿਹਾਗਾ ਉਹ ਸਾਰਿਆਂ ਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਕਾਨੂੰਨ ਬਾਬਾ ਸਾਹਿਬ ਭੀਮrao Ambedkar ji ਨੇ ਸਟੈਬਲਿਸ਼ ਕੀਤਾ ਸਥਾਪਿਤ ਕੀਤਾ ਦੇਸ਼ ਦਾ ਵਿਧੀ ਵਿਧਾਨ ਸਥਾਪਿਤ ਕੀਤਾ ਉਸ ਦੇ ਮੁਤਾਬਕ ਉਹਨੂੰ ਸਜ਼ਾ ਮਿਲਣੀ ਹੀ ਮਿਲਣੀ ਆ ਅਸੀਂ ਬਿਲਕੁਲ ਕਿਸੇ ਪ੍ਰਸ਼ਾਸਚਾਰੀ ਨੂੰ ਬਖਸ਼ਾਂਗੇ ਨਹੀਂ ਬਲਕਿ ਸਖਤ ਤੋਂ ਸਖਤ ਸਜ਼ਾ ਦੇਵਾਂਗੇ ਜੀ ਬਸੋ ਆਮ ਆਦੀ ਪਾਰਟੀ ਦੇ ਉੱਪਰ ਵਿਰੋਧੀ ਤੇਰਾ ਸਭ ਤੋਂ ਵੱਡਾ ਨਿਸ਼ਾਨਾ ਇਹੀ ਸਾਧਦੀ ਹੈ ਕਿ ਬਦਲਾਖੋਰੀ ਵੈਂਡੇਟਰਾ ਪੋਲਿਟਿਕਸ ਇਸ ਵਕਤ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਉਤਰੀ ਹੋਈ ਹੈ ਮੈਨੂੰ ਇਹ ਦੱਸੋ ਕਿ ਤੁਹਾਡੀ ਆਮਦਨ ਜੇ 5000 ਗੁਣਾ ਵੱਧ ਗਈ ਦੇਸ਼ ਦੇ ਕਿਸੇ ਵੀ ਇੰਡਸਟਰੀ ਦੀ ਨਹੀਂ ਵਧੀ ਹੈਗੀ ਜੇ ਤੁਹਾਡੇ ਘਰੋਂ ਪੈਸੇ ਗਿਣਨ ਵਾਲੀਆਂ ਮਸ਼ੀਨਾਂ ਫੜੀਆਂ ਜਾਣ ਕੀ ਇਹ ਬਦਲਾਖੋਰੀ ਹੈ ਜੇ ਕਿਸੇ ਸਾਬਕਾ ਮੰਤਰੀ ਦੇ ਘਰੋਂ ਪੈਸੇ ਗਿਣਨ ਵਾਲੀਆਂ ਮਸ਼ੀਨਾਂ ਮਿਲ ਜਾਣ ਉਹਦੀ ਆਮਦਨ 5000 ਗੁਣਾ ਵੱਧ ਜੇ ਤਾਂ ਭ੍ਰਿਸ਼ਟਾਚਾਰ ਨਹੀਂ ਤਾਂ ਹੋਰ ਕੀ ਆ ਇਹ ਪੰਜਾਬ ਦਾ ਖਜ਼ਾਨਾ ਘਟਿਆ ਪੰਜਾਬ ਦਾ ਖਜ਼ਾਨਾ ਨੇ ਖਾਲੀ ਰੱਖਿਆ ਆਪਦੇ ਖਜ਼ਾਨੇ ਨੇ 5000 ਗੁਣਾ 2000 ਗੁਣਾ 500 ਗੁਣਾ 200 ਗੁਣਾ 100 ਗੁਣਾ ਉਹ ਲਗਾਤਾਰ ਵੱਧੇ ਠੀਕ ਆ ਆਮਦਨ ਵੱਧ ਹੀ ਆ 5% ਵਧ ਗਈ ਚੰਨੀ ਵੀ ਇਹੇ ਸਵਾਲ ਚੱਕਦੇ 10% ਵਧ ਗਈ 20% ਵਧ ਗਈ ਕੋਈ 5000 ਗੁਣਾ ਤਾਂ ਨਹੀਂ ਵਧੀ ਤੁਸੀਂ ਹਾਂਸੋ ਤੁਹਾਡੀ ਤੁਸੀਂ ਨੌਕਰੀ ਕਰਦੇ ਹੋ ਜੇ ਤੁਹਾਡੀ ਆਮਦਨ 1 ਕੋ ਲੱਖ ਵਧ ਕੇ ਜੇ ਤੁਸੀਂ ਅੱਜ ਲੱਖ ਰੁਪਏ ਕਮਾਉਨੇ ਹੋ ਤਾਂ 10 ਲੱਖ ਰੁਪਏ ਤੁਹਾਡੇ ਅਕਾਊਂਟ ਚ ਹਰੇਕ ਮਹੀਨੇ ਆਉਣ ਲੱਗ ਜੇ ਤਾਂ ਮਤਲਬ ਤਾਂ ਕ੍ਰਪਸੀ ਨਹੀਂ ਆਉਗੀ ਨਾ ਫਿਰ ਭ੍ਰਿਸ਼ਟਾਚਾਰੀ ਹੋਊਗਾ ਜੇ ਕੋਈ ਤੁਹਾਡਾ ਹੋਰ ਬਿਜ਼ਨਸ ਨਹੀਂ ਹੈਗਾ ਜੇ ਤੁਹਾਡਾ ਕੋਈ ਹੋਰ ਵਿਜੇਸ ਨਹੀਂ ਹੈਗਾ ਸੋ ਇਹ ਭ੍ਰਿਸ਼ਟਾਚਾਰੀ ਨੇ ਕਿ ਸੁਪ੍ਰ ਭ੍ਰਿਸ਼ਟਾਚਾਰੀਆਂ ਨੂੰ ਨਹੀਂ ਬਖਸ਼ਿਆ ਜਾਊਗਾ ਨਹੀਂ ਬਖਸ਼ਿਆ ਜਾਊਗਾ ਚੰਨੀ ਵੀ ਸਾਫ ਤੌਰ ਤੇ ਕਹਿੰਦੇ ਨੇ ਕਿ ਇਹ ਬਦਲਾਖੋਰੀ ਦੀ ਨੀਤੀ ਚੱਲਦੀ ਵੀ ਹੈ ਕਿ ਭ੍ਰਿਸ਼ਟਾਚਾਰ ਦੇ ਖਦੀ ਵਿਜੀਲੈਂਸ ਦਾ ਇਸਤੇਮਾਲ ਕੀਤਾ ਜਾਂਦਾ ਕੋਈ ਬਦਲਾਖੋਰੀ ਨਹੀਂ ਜੀ ਕਾਨੂੰਨ ਦੀਆਂ ਬਾਹਾਂ ਜਿਹੜੀਆਂ ਅਕਾਲੀ ਦਲ ਭਾਜੀਪੀ ਕਾਂਗਰਸ ਪਾਰਟੀਆਂ ਸੇ ਬਨੀਆਂ ਹੋਣਾਂ ਸੀਗੀਆਂ ਕਾਨੂੰਨ ਦੀਆਂ ਬਾਹਾਂ ਖੋਲੀਆਂ ਨਹੀਂਆਂ ਅਧਿਕਾਰੀਆਂ ਨੂੰ ਖੁੱਲ੍ਹ ਕੇ ਫੈਸਲੇ ਲੈਣ ਦੀ ਰਾਹ ਜਿਹੜੀ ਅਸੀਂ ਮਨਜ਼ੂਰੀ ਦਿੱਤੀ ਆ ਕਾਨੂੰਨ ਦੇ ਮੁਤਾਬਕ ਫੈਸਲੇ ਲੈਣ ਦੀ ਮਨਜ਼ੂਰੀ ਦਿੱਤੀ ਆ ਸੋ ਕਾਨੂੰਨ ਕੰਮ ਕਰ ਰਿਹਾ ਸੋ ਇਹ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਡੀਆਂ ਨੀਤੀਆਂ ਦੇ ਉੱਤੇ ਸਰਕਾਰ ਦੇ ਉੱਤੇ ਮੋਹਰ ਲਾਈ ਜਾਗੀ ਸੋ ਮੈਂ ਬਾਰ ਬਾਰ ਕਹਿਣਾ ਕਿ ਇਹਨਾਂ ਨੂੰ ਸਭ ਕੁਝ ਸਿੱਖਣਾ ਚਾਹੀਦਾ ਜੀ ਮਸਲਾ ਆਖਰੀ ਸਵਾਲ ਕੀ ਤਾਂ ਅਗਲੀ ਕਾਰਪੋਰੇਸ਼ਨ ਇਲੈਕਸ਼ਨਸ ਦੀ ਤਿਆਰੀ ਹੈ ਪੂਰੀ ਲੋਕ ਸਭਾ 2024 ਤੇ ਹੁਣ ਪਾਰਟੀ ਮਜ਼ਬੂਤ ਹੋ ਕੇ ਨਿਕਲੀ ਹੈ ਇਸ ਇਲੈਕਸ਼ਨਸ ਦੇ ਵਿੱਚ ਜਿੰਨੀ ਨੈਗੇਟਿਵਿਟੀ ਸੀ ਉਹ ਸਾਰੀ ਖਤਮ ਹੋ ਗਈ ਬਿਲਕੁਲ ਪਾਰਟੀ ਜਿਹੜੀ ਆ ਉਹ ਲਗਾਤਾਰ ਤਿਆਰੀ ਕਰ ਰਹੀ ਹੈ ਬਿਲਕੁਲ ਇਸ ਇਲੈਕਸ਼ਨ ਚ ਵੀ ਮਜ਼ਬੂਤ ਹੋਇਆਗੇ ਅਸੀਂ ਹਰ ਸਟੈਪ ਤੇ ਮਜ਼ਬੂਤ ਹੋ ਰਿਹਾ ਕੱਲੀ ਇੱਕੋ ਇੱਕ ਪਾਰਟੀ ਆ ਜਿਹੜੀ ਹਰ ਇੱਕ ਸਾਲ ਵੱਧ ਰਹੀ ਹੈ ਜਿਹੜੀ ਹਰ ਇੱਕ ਮਹੀਨੇ ਹਰ ਇੱਕ ਦਿਨ ਅੱਗੇ ਵੱਧ ਰਹੀ ਹੈ ਦੇਸ਼ ਦੀ ਇੱਕੋ ਇੱਕ ਇੱਕ ਮਾਤਰ ਪਾਰਟੀ ਆ ਜਿਹੜੀ ਹਰ ਮਾਮਲੇ ਤੇ ਅੱਗੇ ਵੱਧ ਰਹੀ ਆ ਹਰ ਮਹੀਨੇ ਹਰ ਦਿਨ ਅਰਵਿੰਦ ਕੇਜਰੀਵਾਲ ਜੀ ਦੇ ਫੋਲੋਅਰਸ ਪਾਰਟੀ ਦੇ ਫਾਲੋਅਰ ਲਗਾਤਾਰ ਵਧ ਰਹੇ ਨੇ ਕੀ ਦਾ ਮਤਲਬ ਕੀ ਹੈ ਕਿ ਪਾਰਟੀ ਦੀਆਂ ਨੀਤੀਆਂ ਪਾਰਟੀ ਦੀ ਸਰਕਾਰਾਂ ਜੋ ਕੰਮ ਕਰ ਰਹੀਆਂ ਦੋ ਰਾਜਾਂ ਚ ਉਹਨਾਂ ਨੂੰ ਲੋਕ ਪਿਆਰ ਕਰ ਰਹੇ ਨੇ ਔਰ ਲੋਕ ਪਿਆਰ ਦੀ ਸਿਆਸਤ ਨਾਲ ਕੀ ਵਧ ਰਹੇ ਨੇ ਤੁਸੀਂ ਉਹਨੇ ਕਹਿ ਵੀ ਰਹੇ ਸੀ ਕਿ ਜਦੋਂ ਗੱਲਬਾਤ ਹੋ ਰਹੀ ਸੀ ਕਿ ਵਿਰੋਧੀ ਧਿਰਾਂ ਲੱਭੀਆਂ ਨਹੀਂ ਕਿ ਜਦੋਂ ਇਲੈਕਸ਼ਨ ਖਤਮ ਹੋ ਜਾ ਪਹਿਲੇ ਬਹੁਤ ਬੋਲ ਰਹੀਆਂ ਸੀ ਪ੍ਰਤਾਪ ਸਿੰਘ ਬਾਜਵਾ ਬੋਲ ਰਹੀ ਸੀ ਵਿਕਰਮ ਜੀਠੀਆ ਸੁਖਵੀਰ ਸਿੰਘ ਬਾਦਲ ਭਾਜਪਾ ਵਾਲੇ ਬੋਲ ਰਹੇ ਸੀ ਲੇਕਿਨ ਉਸ ਤੱਕ ਕੋਈ ਲੱਭੀਆਂ ਨਹੀਂ ਕਿ ਕਿੱਥੇ ਨਹੀਂ ਮੈਂ ਉਹੀ ਕਹਿ ਰਿਹਾ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਜਿਹੜੇ ਨੇਤਾ ਸੀ ਜਿਹੜੇ ਝੂਠ ਬੋਲਦੇ ਸੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਦੇ ਕੁਝ ਕਹਿੰਦੇ ਅੱਜ ਇੱਕ ਵੀਡੀਓ ਆ ਜੀ ਅਸੀਂ ਦੋ ਵੀਡੀਓ ਆ ਜੀ ਇਹ ਸਾਰਾ ਕੁਝ ਸਾਫ ਕਰਤਾ ਲੋਕਾਂ ਨੇ ਸੋ ਇਹਨਾਂ ਨੂੰ ਸਮਾਜ ਦੇ ਦੇ ਤੋਂ ਲੋਕਾਂ ਦੇ ਸਾਹਮਣੇ ਹੱਥ ਬੰਨ੍ਹ ਕੇ ਮਾਫੀ ਮੰਗਣੀ ਚਾਹੀਦੀ ਕਿ ਅਸੀਂ ਲੋਕਾਂ ਬੋਟਾ ਝੂਠ ਬੋਲਿਆ ਸੀਗਾ ਔਰ ਲੋਕਾਂ ਨੇ ਸ਼ੀਸ਼ਾ ਉਹਨੂੰ ਦਿਖਾਤਾ ਇਹ ਬਰਕਤਾਂ ਮਜੀਮਾ ਸਾਹਿਬ ਤੇ ਇਸੇ ਹਰਪਾਲ ਸਿੰਘ ਚੀਮਾ ਤੇ ਜਿਨ੍ਹਾਂ ਨੇ ਕਿਹਾ ਕਿ ਪੂਰੀ ਇਮਾਨਦਾਰੀ ਨਾਲ ਚੋਣ ਲੜੀ ਗਈ ਤਾਂ ਹੀ ਜਲੰਧਰ ਦੇ ਲੋਕਾਂ ਨੇ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਦਿੱਤਾ ਤੇ ਦੂਜੇ ਪਾਸੇ ਵਿਰੋਧੀਆਂ ਨੂੰ ਵੀ ਕਿਹਾ ਕਿ ਉਹਨਾਂ ਨੇ ਜਿੰਨਾ ਝੂਠ ਬੋਲਿਆ ਉਹਨਾਂ ਨੂੰ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਕੈਮਰਮਨ ਗੁਰਵਿੰਦਰ ਦੇ ਨਾਲ ਤਪੇਨ ਮਲੋਤਰਾ ਦਾ ਸਮਰ ਨਿਊਜ਼ ਚੰਡੀਗੜ੍ਹ